SSP ਬਟਾਲਾ ਰਸ਼ਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਉੱਤੇ DSP ਗੁਰਦੀਪ ਸਿੰਘ ਦੀ ਅਗਵਾਈ ਵਿੱਚ ਟ੍ਰੈਫਿਕ ਪੁਲਿਸ ਵੱਲੋਂ ਬਟਾਲੇ ਦੀਆਂ ਵੱਖਰੀਆਂ ਜਗ੍ਹਾਵਾਂ ਉੱਤੇ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਗਿਆ। ਟ੍ਰੈਫਿਕ ਪੁਲਿਸ ਦੇ ਇੰਚਾਰਜ ਪਰਮਿੰਦਰ ਸਿੰਘ ਦੀ ਟੀਮ ਵੱਲੋਂ ਰੌਂਗ ਪਾਰਕਿੰਗ ਕਰਨ ਵਾਲੇ 6 ਲੋਕਾਂ ਦੇ ਚਲਾਨ ਵੀ ਕੱਟੇ ਗਏ। ਉੱਥੇ ਹੀ ਕਈ ਰੇਹੜੀ ਚਾਲਕਾਂ ਅਤੇ ਦੁਕਾਨਦਾਰਾਂ ਨੂੰ ਚੇਤਾਵਨੀ ਵੀ ਦਿੱਤੀ ਗਈ ਕਿ ਅੱਗੇ ਤੋਂ ਉਹ ਆਪਣਾ ਸਮਾਨ ਬਾਹਰ ਤੱਕ ਨਹੀਂ ਲਗਾਉਣਗੇ। ਇਸ ਸੰਬੰਧ ਵਿੱਚ ਟ੍ਰੈਫਿਕ ਪੁਲਿਸ ਦੇ ਇੰਚਾਰਜ ਪਰਮਿੰਦਰ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਲੰਘਣਾ ਖਿਲਾਫ ਚਲਾਏ ਗਏ ਅਭਿਆਨ ਦੇ ਤਹਿਤ ਦੁਕਾਨਦਾਰਾਂ ਨੂੰ ਚੇਤਾਵਨੀ ਦਿੱਤੀ ਗਈ ਹੈ। ਜੇਕਰ ਉਹ ਨਹੀਂ ਸੁਧਰਦੇ ਤਾਂ ਉਹਨਾਂ ਉੱਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉੱਥੇ ਜਿਨ੍ਹਾਂ ਵਾਹਨ ਚਾਲਕਾਂ ਨੇ ਵੱਡੇ ਵਾਹਨ ਸੜਕ ਉੱਤੇ ਖੜ੍ਹੇ ਕਰਕੇ ਟ੍ਰੈਫਿਕ ਸਮੱਸਿਆ ਵਧਾਈ ਸੀ, ਉਹਨਾਂ 6 ਵਾਹਨ ਚਾਲਕਾਂ ਦੇ ਚਲਾਨ ਕੱਟੇ ਗਏ ਹਨ। ਉਹਨਾਂ ਨੇ ਕਿਹਾ ਕਿ ਕਾਫੀ ਵਾਰ ਵੇਖਿਆ ਗਿਆ ਕਿ ਦੁਕਾਨਦਾਰਾਂ ਵੱਲੋਂ ਦੁਕਾਨਾਂ ਅੱਗੇ ਤੱਕ ਲਗਾਇਆ ਗਿਆ ਸਮਾਨ ਅਤੇ ਵਾਹਨ ਚਾਲਕਾਂ ਵੱਲੋਂ ਰੌਂਗ ਪਾਰਕਿੰਗ ਟ੍ਰੈਫਿਕ ਵਿੱਚ ਅੜਚਨ ਬਣਦੀ ਹੈ, ਜਿਸ ਨੂੰ ਹਟਾਉਣ ਲਈ DSP ਗੁਰਦੀਪ ਸਿੰਘ ਦੇ ਆਦੇਸ਼ਾਂ ਉੱਤੇ ਇਹ ਅਭਿਆਨ ਚਲਾਇਆ ਗਿਆ ਹੈ। ਸਾਨੂੰ ਜੀ ਸਾਡੇ ਮਾਨਯੋਗ SSP ਸਾਹਿਬ ਸਰਦਾਰ ਰਸ਼ਪਾਲ ਸਿੰਘ ਉਹਨਾਂ ਨੇ ਜਿਹੜੀਆਂ ਹਦਾਇਤਾਂ ਦਿੱਤੀਆਂ ਉਹਦੇ ਮੁਤਾਬਕ ਸਵੇਰੇ ਆਪ DSP ਸਰਦਾਰ ਗੁਰਦੀਪ ਸਿੰਘ ਆ ਕੇ ਸਾਨੂੰ ਇਸ ਏਰੀਏ ਦਾ ਕਹਿ ਕੇ ਗਏ ਸੀਗੇ। ਇਸ ਕਰਕੇ ਅੱਜ ਅਸੀਂ ਡੇਰਾ ਰੋਡ ਸਾਰਾ ਪੁਲ ਦੇ ਥੱਲੇ ਜਿੰਨਾ ਵੀ ਇਨਕਰੋਚਮੈਂਟ ਆ ਅਤੇ ਗਾਂਧੀ ਚੌਂਕ ਦੇ ਨੇੜੇ ਜਿੰਨੀ ਉਹ ਸਾਰੀ ਠੀਕ ਕੀਤੀ ਆ, ਜਿਹੜੇ ਰੇਹੜੀਆਂ ਵਾਲੇ ਆ ਉਹ ਵੀ ਪਿੱਛੇ ਕਰਾਏ, ਅੱਜ ਕਈਆਂ ਨੂੰ ਸਮਝਾਤਾ ਗਿਆ। ਉਸੇ ਦੌਰਾਨ ਜਿਨ੍ਹਾਂ ਬੰਦਿਆਂ ਨੇ ਰੌਂਗ ਪਾਰਕਿੰਗ ਕੀਤੀ 6 ਚਲਾਨ ਕੀਤੇ ਗਏ ਉਹਨਾਂ ਦੇ, ਅਤੇ ਹੁਣ ਅਸੀਂ ਲਗਾਤਾਰ ਇਸੇ ਹੀ ਅੱਜ ਏਰੀਆ ਸਾਫ਼ ਕਰਾਂਗੇ, ਕੱਲ੍ਹ ਨੂੰ ਸਿਟੀ ਰੋਡ, ਉਸ ਤੋਂ ਅੱਗੇ ਨੈਕਸਟ ਡੇ ਬਾਈ ਡੇ ਇੱਕ ਇੱਕ ਏਰੀਆ ਚੁਣ ਕੇ ਠੀਕ ਕਰਾਂਗੇ। ਅਸੀਂ ਆਸ ਤੇ ਕਰਦੇ ਹਾਂ, ਉਮੀਦ ਇਹੀ ਰੱਖਦੇ ਹਾਂ ਸੁਧਰ ਜਾਣਗੇ, ਅਗਰ ਨਹੀਂ ਸੁਧਰਗੇ ਤਾਂ ਕੱਲ੍ਹ ਤੋਂ ਕਾਰਵਾਈ ਸ਼ੁਰੂ ਕਰ ਦਿਆਂਗੇ। ਗੁਰਦਾਸਪੁਰ ਤੋਂ ਜਸਵਿੰਦਰ ਬੇਦੀ ਦੀ ਰਿਪੋਰਟ।